ਸਸਿਖਲ ਜੀ ਵੈਲਕਮ ਟੋ ਟਾਕ ਟਾਕ ਫਾਰ ਯੂ ਦੇ YouTube ਚੈਨਲ ਤੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਬਿਟਕੋਇਨ ਹਾਲਵਿੰਗ ਆ ਉਹ ਆਉਣ ਵਾਲੀ ਆ ਤੇ ਉਹਨੂੰ ਦੇਖਦੇ ਹੋਏ ਬਿਟਕੋਇਨ ਨੇ ਪਿਛਲੇ 3 ਕੁ ਮਹੀਨਿਆਂ ਦੇ ਵਿੱਚ ਜਾਨੀ ਕਿ 2024 ਦੇ ਪਹਿਲੇ 3 ਕੁ ਮਹੀਨੇ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਪੰਪ ਕੀਤਾ ਬਟ ਕੁਐਸਚਨ ਇਹ ਆ ਵਾਟਸ ਨੈਕਸਟ ਕਿ ਜਦੋਂ ਬਿਟਕੋਇਨ ਹਾਲਵਿੰਗ ਹੋਗੀ ਉਸ ਤੋਂ ਬਾਅਦ ਕ੍ਰਿਪਟੋ ਕਰੰਸੀ ਹੋਰ ਕੋਇਨ ਜਾਂ ਬਿਟਕੋਇਨ ਦਾ ਕੀ ਹੋਊਗਾ ਸੋ ਜੇ ਆਪਾਂ ਦੇਖੀਏ ਤਾਂ ਪਿਛਲੇ 3 ਕੁ ਮਹੀਨਿਆਂ ਦੇ ਵਿੱਚ ਇੱਕ ਬਾਏ ਦਾ ਰਿਯੂਮਰ ਨੂੰ ਲੈ ਕੇ ਬਿਟਕੋਇਨ ਦਾ ਪ੍ਰਾਈਸ ਜਿਹੜਾ ਆ ਉਹ ਕਾਫੀ ਜ਼ਿਆਦਾ ਅੱਪ ਗਿਆ ਜੇ ਆਪਾਂ ਦੇਖਦੇ ਆ ਤਾਂ ਚਾਰਟ ਦੇ ਵਿੱਚ ਆਲਮੋਸਟ 100% ਦੀ ਮੂਵ ਕਰ ਗਿਆ ਤੇ ਉਸ ਤੋਂ ਬਾਅਦ ਹੁਣ ਥੋੜੀ ਜੀ ਪੁੱਲ ਬੈਕ ਹੋ ਰਹੀ ਆ ਬਟ ਮੇਨ ਕੁਐਸਚਨ ਇਹ ਆ ਜਾਂਦਾ ਕਿ ਜਿਹੜੀ ਬਿਟਕੋਇਨ ਦੀ ਹਾਲਵਿੰਗ ਜੋ ਕਿ ਅਪ੍ਰੈਲ ਦੇ ਵਿੱਚ ਐਕਸਪੈਕਟ ਕੀਤੀ ਜਾ ਰਹੀ ਆ ਤੇ ਉਹ ਹਾਲਵਿੰਗ ਤੋਂ ਬਾਅਦ ਕੀ ਹੋਊਗਾ ਸੋ ਉਸ ਚੀਜ਼ ਬਾਰੇ ਆਪਾਂ ਥੋੜਾ ਜਿਆ ਡਿਸਕਸ ਕਰਦੇ ਆ ਸੋ ਆਪਣੇ ਕੋ ਇੱਕ ਚਾਰਟ ਹੈਗਾ ਜਿਸ ਤੇ ਵਿੱਚ ਦੱਸਿਆ ਗਿਆ ਕਿ ਪਾਸਟ ਦੇ ਵਿੱਚ ਬਿਟਕੋਇਨ ਹਾਲਵਿੰਗ ਤੋਂ ਬਾਅਦ ਕੀ ਹੋਇਆ ਸੀ ਐਕਸਪੈਕਟ ਕਰਦੇ ਆ ਕਿ ਇਸ ਵਾਰ ਵੀ ਸੇਮ ਹੀ ਹੋਵੇ ਤੇ ਜੇ ਸੇਮ ਹੁੰਦਾ ਆ ਤਾਂ ਬਿਟਕੋਇਨ ਜਾਂ ਕ੍ਰਿਪਟੋਗ੍ਰੈਂਸੀ ਦੇ ਜਿਹੜੇ ਇਨਵੈਸਟਰ ਆ ਜਾਂ ਜਿਹੜੇ ਟਰੇਡਰ ਆ ਉਹਨਾਂ ਦੇ ਲਈ ਬਹੁਤ ਹੀ ਵਧੀਆ ਨਿਊਜ਼ ਹੈਗੀ ਆ ਸੋ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਸਮਝਦੇ ਆ ਕਿ ਜਿਹੜੀ ਬਿਟਕੋਇਨ ਹਾਲਵਿੰਗ ਆ ਉਹ ਕੀ ਹੁੰਦੀ ਆ ਸੋ ਬਿਟਕੋਇਨ ਹਾਲਵਿੰਗ ਹੁੰਦੀ ਆ ਕਿ ਜਦੋਂ ਜਿਹੜੇ ਨਵੇਂ ਕੌਇਨ ਬਣਦੇ ਆ ਉਹ ਕੱਟ ਜਾਂਣ ਤੇ ਉਹਦੇ ਨਾਲ ਕੀ ਹੈ ਕਿ ਜਿਹੜੀ ਬਿਟਕੋਇਨ ਦੀ ਸਪਲਾਈ ਆ ਮਾਰਕੀਟ ਦੇ ਵਿੱਚ ਕੱਟ ਜਾਂਦੀ ਆ ਸੋ ਬਹੁਤ ਸਾਰੇ ਵੀਰ ਜਿਨ੍ਹਾਂ ਨੇ ਆਲਰੇਡੀ ਮੈਨੂੰ ਸੁਣਿਆ ਤੇ ਇਹ ਦੇਖਿਆ ਕਿ ਆਪਾਂ ਪੈਨੀ ਸਟਾਕ ਕਿੱਦਾਂ ਟਰੇਡ ਕਰਦੇ ਆ ਜਾਂ ਕਿਹੜਾ ਪੈਨੀ ਸਟਾਕ ਟਰੇਡ ਕਰਨਾ ਚ ਤੋ ਇਸ ਚੀਜ਼ ਦੇ ਨਾਲ ਕਾਫੀ ਰਿਲੇਟ ਕਰ ਲੈਣਗੇ ਕਿਉਂਕਿ ਸਟਾਕ ਮਾਰਕੀਟ ਦੇ ਵਿੱਚ ਉਸ ਚੀਜ਼ ਨੂੰ ਆਪਾਂ ਇੱਕ ਤਰੀਕੇ ਨਾਲ ਫਲੋਟ ਕਹਿੰਦੇ ਆ ਸੋ ਫਲੋਟ ਕੀ ਹੈ ਇੱਕ ਤਰੀਕੇ ਨਾਲ ਕਿ ਸਪਲਾਈ ਆ ਜਦੋਂ ਕਿਸੇ ਵੀ ਸਟਾਕ ਦੀ ਜਾਂ ਕੋਇਨ ਦੀ ਸਪਲਾਈ ਮਾਰਕੀਟ ਦੇ ਵਿੱਚ ਘਟ ਜਾਂਦੀ ਆ ਤੇ ਡਿਮਾਂਡ ਵੱਧ ਜਾਂਦੀ ਆ ਤੇ ਉਹਦੇ ਪ੍ਰਾਈਸ ਤੇ ਉੱਪਰ ਜਾਣ ਦੇ ਚਾਂਸ ਓਬਵੀਅਸਲੀ ਜ਼ਿਆਦਾ ਹੁੰਦੇ ਆ ਜੇ ਆਪਾਂ ਦੇਖ ਲਈਏ ਦੁਨੀਆ ਦੇ ਵਿੱਚ ਕੋਈ ਵੀ ਇਦਾਂ ਦਾ ਮਿਨਰਲ ਆ ਜਾਂ ਕੋਈ ਵੀ ਇਦਾਂ ਦਾ ਮਟੀਰੀਅਲ ਆ ਜਿਹਦੀ ਸਪਲਾਈ ਲਿਮਟਿਡ ਹੋ ਗਈ ਆ ਤੇ ਬਹੁਤ ਜ਼ਿਆਦਾ ਲਿਮਟਿਡ ਹੈਗੀ ਆ ਤੇ ਉਹਦਾ ਓਬਵੀਅਸਲੀ ਜਦੋਂ ਡਿਮਾਂਡ ਵੱਧਦੀ ਆ ਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਵਧਦਾ ਆ ਸੋ ਫੋਰ ਐਗਜ਼ਾਮਪਲ ਜੇ ਆਪਾਂ ਦੇਖੀਏ ਤਾਂ ਜਿੱਦਾਂ ਇਲੈਕਟ੍ਰਿਕ ਵਹੀਕਲ ਦੀ ਡਿਮਾਂਡ ਆਈ ਤੇ ਉਹਦੇ ਨਾਲ ਜਿਹੜਾ ਲਿਥੀਅਮ ਵਗੈਰਾ ਉਹਨਾਂ ਦੀਆਂ ਬੈਟਰੀਜ਼ ਬਣਨੀ ਸੀ ਤੇ ਉਹਦੇ ਰਿਲੇਟਡ ਜਿਹੜੇ ਸਟਾਕ ਹੀ ਉਹ ਕਾਫੀ ਉੱਪ ਗਏ ਸੋ ਇਸ ਤਰੀਕੇ ਨਾਲ ਜੇ ਬਿਟਕੋਇਨ ਦੀ ਸਪਲਾਈ ਘਟ ਜਾਂਦੀ ਆ ਜਿਹੜੀ ਕਿ ਐਵਰੀ 4 ਇਅਰਸ ਹਾਲਵਿੰਗ ਹੁੰਦੀ ਆ ਤੇ ਉਹਦੇ ਕਰਕੇ ਬਿਟਕੋਇਨ ਦਾ ਜਿਹੜਾ ਪ੍ਰਾਈਸ ਆ ਕੀ ਉਹ ਅੱਪ ਜਾ ਸਕਦਾ ਜੇ ਉਹਦੀ ਡਿਮਾਂਡ ਸੇਮ ਰਹਿੰਦੀ ਆ ਤੇ ਸੋ ਉਸ ਚੀਜ਼ ਨੂੰ ਆਪਾਂ ਦੇਖਦੇ ਆ ਇਸ ਚਾਰਟ ਦੇ ਵਿੱਚ ਸੋ ਇਹ ਚਾਰਟ ਆਪਾਂ ਨੂੰ ਦੱਸਦਾ ਕਿ ਲਾਸਟ ਟਾਈਮ ਬਿਟਕੋਇਨ ਦੀ ਜਿਹੜੀ ਆ ਹਾਲਵਿੰਗ ਕਦੋਂ ਹੋਈ ਕਿਹੜੇ ਈਅਰ ਦੇ ਵਿੱਚ ਹੋਈ ਕਿੰਨੀ ਤਰੀਕ ਨੂੰ ਹੋਈ ਤੇ ਉਹ ਹਾਲਵਿੰਗ ਹੋਣ ਤੋਂ 365 ਦਿਨ ਪਹਿਲਾਂ ਯਾਨੀ ਕਿ 365 ਡੇਸ ਬਿਫੋਰ ਹਾਲਵਿੰਗ ਜਿਹੜਾ ਬਿਟਕੋਇਨ ਦਾ ਪ੍ਰਾਈਸ ਉਹ ਕਿੰਨੇ ਪਰਸੈਂਟ ਮੂਵ ਕੀਤਾ ਆਪੀਆਂ ਡਾਊਨ ਤੇ ਹਾਲਵਿੰਗ ਹੋਣ ਤੋਂ ਬਾਅਦ ਅਗਲੇ 365 ਦਿਨਾਂ ਦੇ ਵਿੱਚ ਯਾਨੀ ਕਿ ਅਗਲੇ 1 ਸਾਲ ਦੇ ਵਿੱਚ ਕਿੰਨਾ ਮੂਵ ਕੀਤਾ ਸੋ ਇਹਨੂੰ ਆਪਾਂ ਥੋੜਾ ਜਿਹਾ ਧਿਆਨ ਦੇ ਨਾਲ ਪੜ੍ਹਦੇ ਹਾਂ ਇਸ ਚਾਰਟ ਨੂੰ ਸੋ ਮੈਂ ਆਪਣੀ ਪਿਕਚਰ ਥੋੜੀ ਜੀ ਸਾਈਡ ਤੇ ਕਰ ਲੈਣਾ ਆ ਤਾਂ ਕਿ ਤੁਹਾਨੂੰ ਇਹ ਚਾਰਟ ਕਲੀਅਰਲੀ ਦਿਖਾਈ ਦੇਵੇ ਹੁਣ ਜੇ ਆਪਾਂ ਦੇਖੀਏ ਤਾਂ ਜਿਹੜੀ ਪਹਿਲੀ ਬਿਟਕੋਇਨ ਦੀ ਹਾਲਵਿੰਗ ਹੋਈ ਆ ਉਹ ਹੋਈ ਆ 2012 ਦੇ ਵਿੱਚ ਸੋ 2012 ਦੀ ਨਵੰਬਰ ਨੂੰ 28 ਨੂੰ ਤੇ ਉਸ ਤੋਂ ਜਿਹੜੇ 365 ਦਿਨ ਪਹਿਲਾਂ ਆ ਉਹ ਆਪਾਂ ਨੂੰ ਇੱਕ ਆਹ ਵਾਲਾ ਜਿਹੜਾ ਯੈਲੋਵਿਸ਼ ਏਰੀਆ ਇਹ ਰਿਪਰੈਜ਼ੈਂਟ ਕਰ ਰਿਹਾ ਤੇ ਇਹ ਕੀ ਕਹਿੰਦਾ ਕਿ ਜਦੋਂ ਬਿਟਕੋਇਨ ਦੀ ਹਾਲਵਿੰਗ ਹੋਈ ਆ ਆਹ ਵਾਲੀ ਲਾਈਨ ਜਿਹੜੀ ਹੈ ਹਾਲਵਿੰਗ ਡੇ ਆ ਸੋ ਉਤੋਂ 365 ਦਿਨ ਪਹਿਲਾਂ ਜਿਹੜਾ ਬਿਟਕੋਇਨ ਆ ਉਹ 385% ਉੱਪ ਚਲੇ ਗਿਆ ਸੀ। ਸੋ ਜਾਨੀ ਕਿ ਗੁੱਡ ਮੂਵ ਕੀਤਾ ਸੀ ਜਿਹਨੂੰ ਆਪਾਂ ਕਹਿ ਦਿੰਨੇ ਬਾਏ ਦਾ ਰਿਯੂਮਰ ਇੱਕ ਰਿਯੂਮਰ ਦੇ ਕਰਕੇ ਜਾਂ ਉਸ ਨਿਊਜ਼ ਨੂੰ ਦੇਖਦੇ ਹੋਏ ਕਿ ਬਿਟਕੋਇਨ ਦੀ ਹਾਲਵਿੰਗ ਹੋਣੀ ਹੈ ਦੀ ਸਪਲਾਈ ਘਟਣੀ ਆ ਤਾਂ ਬਿਟਕੋਇਨ ਦੇ ਜਿਹੜੇ ট্রেਡਰ ਜਾਂ ਇਨਵੈਸਟਰ ਨਹੀਂ ਉਹਨਾਂ ਉਹਨੂੰ ਬਾਏ ਕੀਤਾ। ਤੇ ਹਾਲਵਿੰਗ ਹੋਣ ਤੋਂ ਬਾਅਦ ਜੇ ਆਪਾਂ ਦੇਖੇ ਤਾਂ ਇੱਥੇ ਇੱਕ ਤੁਹਾਨੂੰ ਚਾਰਟ ਫਲੈਟ ਜਿਹਾ ਨਜ਼ਰ ਆ ਰਿਹਾ ਹੋਊਗਾ ਥੋੜਾ ਜਿਹਾ ਜੋ ਇਹ ਰਿਪਰੈਜ਼ੈਂਟ ਕਰ ਰਿਹਾ ਕਿ ਥੋੜੇ ਟਾਈਮ ਲਈ ਹਾਲਵਿੰਗ ਹੋਣ ਤੋਂ ਬਾਅਦ ਬਿਟਕੋਇ ਸੋ ਅਗਲੇ 365 ਦਿਨ ਦੇ ਵਿੱਚ ਹਾਲਵਿੰਗ ਤੋਂ ਬਾਅਦ ਬਿਟਕੋਇਨ ਦਾ ਪ੍ਰਾਈਸ 8000% ਉੱਪਰ ਚਲੇ ਗਿਆ ਸੀ। ਜਾਨੀ ਕਿ ਹਾਲਵਿੰਗ ਤੋਂ ਬਾਅਦ ਬਿਟਕੋਇਨ ਨੇ ਬਹੁਤ ਹੀ ਜ਼ਿਆਦਾ ਵਧੀਆ ਮੂਵ ਕੀਤਾ ਸੀ ਕਿਉਂਕਿ ਉਹਦੀ ਸਪਲਾਈ ਘਟ ਗਈ ਤੇ ਡਿਮਾਂਡ ਵਧਣੀ ਸ਼ੁਰੂ ਹੋ ਗਈ ਸੀ। ਉਸ ਤੋਂ ਬਾਅਦ ਬਿਟਕੋਇਨ ਦਾ ਪ੍ਰਾਈਸ ਉੱਪਰ ਜਾਂਦਾ ਰਿਹਾ ਫਿਰ ਥੱਲੇ ਡਿੱਗਾ ਤੇ ਨੈਕਸਟ ਹਾਲਵਿੰਗ ਆ ਗਈ ਜੀ 4 ਸਾਲ ਬਾਅਦ ਜਿਹੜੀ ਕਿ ਹੈਗੀ ਸੀ 2016 ਦੇ ਵਿੱਚ ਜੁਲਾਈ ਦੇ ਵਿੱਚ। ਸੋ ਹਾਲਵਿੰਗ ਤੋਂ 365 ਦਿਨ ਪਹਿਲਾਂ ਕੀ ਹੋਇਆ ਕਿ ਬਿਟਕੋਇਨ ਦਾ ਜਿਹੜਾ ਪ੍ਰਾਈਸ ਆ ਉਹ ਆਲਮੋਸਟ 150% ਜਾਨੀ ਕਿ 142% ਉੱਪਰ ਗਿਆ ਤੇ ਹੌਲੀ ਹੌਲੀ ਉੱਪਰ ਜਾਂਦਾ ਰਿਹਾ ਹੁਣ ਜਿੱਥੇ ਆਪਾਂ ਫੇਰ ਇੱਕ ਇੰਟਰਸਟਿੰਗ ਚੀਜ਼ ਦੇਖੀਏ ਤਾਂ ਹਾਲਵਿੰਗ ਹੋਣ ਤੋਂ ਐਗਜ਼ੈਕਟ ਰਾਈਟ ਵੇ ਬਿਟਕੋਇਨ ਦਾ ਪ੍ਰਾਈਸ ਇੱਕ ਦਿ ਜੇ ਤੁਸੀਂ ਇੱਥੇ ਨੋਟਿਸ ਕਰੋ ਤਾਂ ਡ੍ਰੌਪ ਹੋਇਆ ਰਾਈਟ ਵੇ ਬਟ ਥੋੜੇ ਟਾਈਮ ਬਾਅਦ ਫੇਰ ਸ਼ੂਟ ਅਪ ਕੀਤਾ ਤੇ ਅਗਲੇ 365 ਦਿਨ ਦੇ ਵਿੱਚ ਬਿਟਕੋਇਨ ਦਾ ਜਿਹੜਾ ਪ੍ਰਾਈਸ ਆ ਹਾਲਵਿੰਗ ਤੋਂ ਬਾਅਦ 284% ਉੱਪਰ ਚੱਲ ਗਿਆ ਸੋ ਹੁਣ ਆਪਾਂ ਇਹਨਾਂ ਦੋ ਜਗ੍ਹਾ ਦੇ ਵਿੱਚ ਕੀ ਦੇਖੀ ਸਿਮਿਲਰਿਟੀ ਕਿ ਜਦੋਂ ਰਾਈਟਵੇ ਬਿਟਕੋਇਨ ਦਾ ਪ੍ਰਾਈਸ ਸ਼ੂਟ ਅਪ ਨਹੀਂ ਕਰਦਾ ਇੱਕ ਵਾਰੀ ਥੋੜਾ ਜਿਹਾ ਸਟੇਬਲ ਜਾਂ ਥੱਲੇ ਡਿੱਗਦਾ ਤੇ ਫਿਰ ਥੋੜੇ ਟਾਈਮ ਬਾਅਦ ਉੱਪਰ ਨੂੰ ਜਾਂਦਾ ਹੈ ਜਿਹੜੀ ਥਰਡ ਹਾਲ ਵਿੰਡ ਹੋਈ ਹੈ ਉਹ ਹੈ ਜੀ 2020 ਦੀ ਮਈ ਦੇ ਵਿੱਚ 11 ਤਰੀਕ ਨੂੰ ਇਸ ਤੋਂ 365 ਦਿਨ ਪਹਿਲਾਂ ਜੇ ਦੇਖੀਏ ਤੇ ਬਿਟਕੋਇਨ ਦਾ ਜਿਹੜਾ ਪ੍ਰਾਈਸ ਆ ਉਹ 17% ਹੀ ਉੱਪਰ ਗਿਆ ਤੇ ਇਹਦਾ ਕਾਰਨ ਕੀ ਹੈ ਤੁਹਾਨੂੰ ਪਤਾ ਹੀ ਹੈ ਕਿ 2020 ਦੇ ਵਿੱਚ ਜਿਹੜਾ ਆਪਣਾ ਕੋਵਿਡ-19 ਜਾਂ ਉਹਦਾ ਸਾਰਾ ਚੱਕਰ ਸੀ ਤੇ ਜਿਹੜੀ ਕ੍ਰਿਪਟੋ ਕਰੰਸੀ ਜਾਂ ਸਟਾਕ ਮਾਰਕੀਟ ਆ ਉਹ ਕਾਫੀ ਇੱਕਦਮ ਸਾਰਾ ਡੰਪ ਹੋਇਆ ਸੀ ਤੇ ਉਸ ਤੋਂ ਬਾਅਦ ਪੰਪ ਕਰਨਾ ਸ਼ੁਰੂ ਕੀਤਾ ਤੇ ਹਾਲਵਿੰਗ ਤੋਂ ਬਾਅਦ ਜੇ ਤੁਸੀਂ ਇੱਥੇ ਵੀ ਰਾਈਟ ਵੇ ਦੇਖੋ ਤਾਂ ਬਿਟਕੋਇਨ ਦਾ ਜਿਹੜਾ ਪ੍ਰਾਈਸ ਆ ਫਿਰ ਰਾਈਟ ਵੇ ਪੰਪ ਕਰਨਾ ਨਹੀਂ ਸ਼ੁਰੂ ਕੀਤਾ ਥੋੜਾ ਟਾਈਮ ਫਿਰ ਸਟੇਬਲ ਜਾ ਰਿਹਾ ਬਟ ਕੁਝ ਟਾਈਮ ਬਾਅਦ ਫਿਰ ਉਹਨੇ ਕਾਫੀ ਇੱਕ ਪੰਪ ਕੀਤਾ ਤੇ ਅਗਲੇ 365 ਦਿਨਾਂ ਦੇ ਵਿੱਚ ਜਿਹੜਾ ਬਿਟਕੋਇਨ ਦਾ ਪ੍ਰਾਈਸ ਆ ਉਹ 550% ਜਿਹੜਾ ਅੱਪ ਚਲੀ ਗਿਆ ਹੁਣ ਜੇ ਰਾਈਟ ਨਾਓ ਵੀ ਤੁਸੀਂ ਬਿਟਕੋਇਨ ਦਾ ਚਾਰਟ ਦੇਖੋ ਜਿਹੜਾ ਤੁਹਾਡੇ ਸਾਹਮਣੇ ਆ ਰਿਹਾ ਤੇ ਬਿਟਕੋਇਨ ਦਾ ਪ੍ਰਾਈਸ ਜਿਹੜਾ ਪਿਛਲੇ 365 ਦਿਨਾਂ ਦੇ ਵਿੱਚ ਕਾਫੀ ਹੌਲੀ 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 ਉੱਪਰ ਜਾ ਰਿਹਾ ਤੇ ਬਿਟਕੋਇਨ ਦੀ ਜਿਹੜੀ ਹਾਲਵਿੰਗ ਉਹ ਐਕਸਪੈਕਟ ਕੀਤੀ ਜਾ ਰਹੀ ਆ April 2024 ਦੇ ਵਿੱਚ ਹੁਣ ਇੱਥੇ ਨਾਲ ਦੀ ਨਾਲ ਮੈਂ ਥੋੜਾ ਜਿਹਾ ਸਟਾਕ ਮਾਰਕੀਟ ਨੂੰ ਵੀ ਟੱਚ ਕਰ ਲਵਾਂ ਕਿਉਂਕਿ ਬਹੁਤ ਸਾਰੇ ਵੀਰਾਂ ਦਾ ਕੁਐਸਚਨ ਜਿਹੜਾ ਆ ਉਹ ਥੋੜੇ ਜਿਹੇ ਸਟਾਕਸ ਦੇ ਰਿਲੇਟਿਡ ਵੀ ਆ ਜਾਂਦਾ ਕਿ ਜਿਹੜੇ ਸਟਾਕ ਕ੍ਰਿਪਟੋ ਕਰੰਸੀ ਦੇ ਨਾਲ ਮੂਵ ਕਰ ਰਹੇ ਨੇ ਉਹਨਾਂ ਵਿੱਚ ਜੇ ਆਪਾਂ ਗੱਲ ਕਰੀਏ ਕੋਇਨ ਬੇਸ ਆ ਜਾਂਦਾ ਮਾਰਾ ਦਾ ਸਟਾਕ ਆ ਜਾਂਦਾ ਆ ਜਾਂ MSTR ਮਾਈਕਰੋ ਸਟ੍ਰੈਟੇਜੀ ਆ ਰਾਈਟ ਆ ਜਾਂ ਇਦਾਂ ਦੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਹੈਗੀਆਂ ਨੇ ਹੁਣ ਜਦੋਂ ਵੀ ਉਹਨਾਂ ਦਾ ਤੁਸੀਂ ਕੁਐਸਚਨ ਪੁੱਛਦੇ ਹੋ ਤੇ ਮੇਰਾ ਆਨਸਰ ਇਹੀ ਹੁੰਦਾ ਕਿ ਜੇ ਬਿਟਕੋਇਨ ਉੱਪਰ ਜਾਂਦਾ ਆ ਤੇ ਇਹ ਉੱਪਰ ਜਾਣਗੇ ਸਟਾਕ ਜੇ ਬਿਟਕੋਇਨ ਡੰਪ ਹੁੰਦਾ ਤੇ ਇਹਨਾਂ ਨੇ ਵੀ ਡੰਪ ਹੋ ਜਾਣਾ ਸੋ ਜੇ ਤੁਸੀਂ ਉਹਨਾਂ ਨੂੰ ਟ੍ਰੇਡ ਕਰਦੇ ਆ ਜਾਂ ਉਹਨਾਂ ਦੇ ਵਿੱਚ ਇਨਵੈਸਟ ਕੀਤਾ ਹੋਇਆ ਤਾਂ ਮੈਨੂੰ ਲੱਗਦਾ ਇਹ ਅਨਾਲਿਸਿਸ ਜਿਹੜਾ ਵਾ ਜਾਂ ਇਹ ਚਾਰਟ ਆ ਇਹ ਤੁਹਾਡੇ ਲਈ ਵੀ ਕਾਫੀ ਇੰਪੋਰਟੈਂਟ ਆ ਕਿਉਂਕਿ ਇਹ ਤੁਹਾਨੂੰ ਵੀ ਇਹ ਦੱਸ ਸਕਦਾ ਕਿ ਜੇ ਬਿਟਕੋਇਨ ਉੱਪਰ ਜਾਂਦਾ ਹਾਲਵਿੰਗ ਤੋਂ ਬਾਅਦ ਤਾਂ ਉਹਨਾਂ ਸਟਾਕਸ ਤੇ ਪ੍ਰਾਈਸ ਵੀ ਉੱਪਰ ਜਾ ਸਕਦੇ ਆ ਜੇ ਬਿਟਕੋਇਨ ਡੰਪ ਹੁੰਦਾ ਜਾਂ ਸਟੇਬਲ ਰਹਿੰਦਾ ਵਾ ਤੇ ਉਨੇ ਟਾਈਮ ਲਈ ਜਿਹੜੇ ਉਹ ਸਟਾਕਸ ਨੇ ਜਿਹੜੇ ਕਾਇਨਬੇਸ ਮਾਰਾ ਜਾਂ ਐਮਐਸਟੀਆਰਾ ਇਦਾਂ ਦੇ ਸਟਾਕ ਨੇ ਉਹਨਾਂ ਦਾ ਪ੍ਰਾਈਸ ਵੀ ਸਟੇਬਲ ਰਹਿਣ ਦੀ ਚਾਂਸ ਹੈਗੇ ਨੇ ਜਾਂ ਥੋੜਾ ਈਵਨ ਕਿ ਡ੍ਰੌਪ ਹੀ ਹੋ ਸਕਦਾ ਕਿਉਂਕਿ ਜੇ ਬਿਟਕੋਇਨ ਨੇ ਮੂਵ ਨਾ ਕੀਤੀ ਤਾਂ ਬਹੁਤ ਸਾਰੇ ਵੀਰਪਰਾ ਜਿਹੜੇ ਜਾਂ ਬਹੁਤ ਸਾਰੇ ਟਰੇਡਰ ਜਾਂ ਇਨਵੈਸਟਰ ਨੇ ਜਿਹੜੇ ਉਹ ਪ੍ਰੋਫਿਟ ਟੇਕਿੰਗ ਵਾਲ ਚੱਲ ਜਾਂਦੇ ਨੇ ਤੇ ਇੱਕ ਫੀਅਰ ਜ਼ੋਨ ਦੇ ਵਿੱਚ ਇੱਕ ਪੈਨਿਕ ਦੇ ਵਿੱਚ ਆਣ ਕੇ ਜਿਹੜੇ ਸਟਾਕ ਦੇ ਵਿੱਚੋਂ ਪੈਸੇ ਬਾਹਰ ਕੱਢ ਲੈਂਦੇ ਨੇ ਹੁਣ ਜੇ April 2024 ਦੇ ਵਿੱਚ ਹਾਲਵਿਨ ਆਉਂ ਤੇ ਕੀ ਆਪਾਂ ਸੇਮ ਚੀਜ਼ ਐਕਸਪੈਕਟ ਕਰ ਸਕਦੇ ਆ ਕਿ ਅਪ੍ਰੈਲ ਤੋਂ ਬਾਅਦ ਹੋ ਸਕਦਾ ਮਈ ਜੂਨ ਜੁਲਾਈ ਅਗਸਤ ਜਾਂ 2024 ਦੇ ਵਿੱਚ ਬਿਟਕੋਇਨ ਦਾ ਪ੍ਰਾਈਸ ਥੋੜਾ ਜਿਹਾ ਸਟੇਬਲ ਰਵੇ ਤੇ 2025 ਦੇ ਵਿੱਚ ਫੇਰ ਸ਼ੂਟ ਅਪ ਕਰੇ ਤੇ ਜਾਂ ਕੰਟੀਨਿਊਸਲੀ ਡ੍ਰੌਪ ਹੋ ਸਕਦਾ ਤੁਹਾਨੂੰ ਕੀ ਲੱਗਦਾ ਆ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਜਿਹੜੇ ਵੀਰ ਭਰਾ ਕ੍ਰਿਪਟੋ ਕਰੰਸੀ ਟ੍ਰੇਡ ਕਰਦੇ ਆ ਜਾਂ ਬਿਟਕੋਇਨ ਦੇ ਵਿੱਚ ਇਨਵੈਸਟ ਕਰਨਾ ਲਾਈਕ ਕਰਦੇ ਆ ਉਹਨਾਂ ਦੇ ਨਾਲ ਇਹ ਵੀਡੀਓ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਇਸ ਬਾਰੇ ਨੌਲੇਜ ਲੈ ਸਕਣ ਤੇ ਅੱਗੇ ਸ਼ੇਅਰ ਕਰ ਸਕਣ ਥੈਂਕ ਯੂ